ਤੇ ਕਹਿਣ ਦਾ ਮਤਲਬ ਕਿ ਬਾਹਰ ਘਲਾਉਂਦੇ ਹੋ ਨਾ ਤੁਸੀਂ, ਕਿੱਦਾਂ ਘਲਾਉਂਦੇ ਹੋ ਤੁਸੀਂ ਬਾਹਰ? ਬਾਹਰ ਇੱਦਾਂ ਕੋਹਣੀ ਤੋਂ ਫੜ ਕੇ ਚੱਲ, ਅਸੀਂ ਡੌਕੀ ਨਹੀਂ ਲਵਾਉਂਦੇ, ਹਾਂ ਅਸੀਂ ਲਵਾਉਂਦੇ ਆ ਮੌਂਕੀ। ਮਤਲਬ? ਮਤਲਬ ਜਹਾਜ਼ ਨਾਲ ਲਮਕ ਕੇ ਜਾਣਾ ਹੁੰਦਾ ਵਾ। ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਨੇ? ਆਈ ਹੋਪ ਤੁਸੀਂ ਠੀਕ ਠਾਕ ਹੋਗੇ। ਆਪਾਂ ਜਿਹੜੀ ਰਿਐਕਸ਼ਨ ਵੀਡੀਓ ਲੈ ਕੇ ਆਏ ਹਾਂ ਉਹ ਕੈਂਡੀ ਬਾਈ ਹੁਣਾਂ ਦੀ ਨਿਊ ਵੀਡੀਓ ਆਈ ਆ, ਵੀਡੀਓ ਦਾ ਨਾਮ ਆ ਬਾਹਰ ਭੇਜਣ ਵਾਲੀ ਯਾਤਰਾ। ਤੇ ਆਓ ਦੇਖਣਾ ਕਰਦੇ ਹਾਂ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਦੇ ਹਾਂ ਇਹ 'ਚ ਬਾਈ ਹੁਣੀ ਕਿਹਨੂੰ ਬਾਹਰ ਘਲਾਉਂਦੇ ਆ, ਕੀ ਕਰਦੇ ਆ, ਕਿਹਦਾ ਵੀਜ਼ਾ ਲਗਵਾਉਂਦੇ ਆ। ਅਤੇ ਬਾਕੀ ਜਿਹਨਾਂ ਨੂੰ ਕੈਂਡੀ ਬਾਈ ਹੁਣਾਂ ਦੀ ਵੀਡੀਓ ਵਧੀਆ ਲੱਗਦੀ ਹੈ ਲਾਈਕ ਕਮੈਂਟ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ। ਅਤੇ ਜੇ ਹੋਰ ਵੀ ਕਿਸੇ ਦੀਆਂ ਤੁਹਾਨੂੰ ਮਤਲਬ ਫਨੀ ਵੀਡੀਓ ਵਧੀਆ ਲੱਗਦੀਆਂ ਵਾ ਤਾਂ ਜ਼ਰੂਰ ਕਮੈਂਟ ਕਰਿਆ ਕਰੋ, ਆਪਾਂ ਉਹਨਾਂ 'ਤੇ ਰਿਐਕਸ਼ਨ ਲੈ ਕੇ ਆਵਾਂਗੇ। ਅਤੇ ਆਓ ਦੇਖਣਾ ਕਰਦੇ ਵੀਡੀਓ ਅਤੇ ਬਾਕੀ ਗੱਲ ਆਪਾਂ ਬਾਅਦ 'ਚ ਕਰਾਂਗੇ, ਪਹਿਲੇ ਦੇਖਾਂਗੇ ਵੀਡੀਓ। ਬਾਈ ਭਾਜੀ ਇੱਥੇ ਵੀਜ਼ੇ ਲੱਗਦੇ ਆ? ਹੋਰ ਇੱਥੇ ਪੀਜ਼ੇ ਲਾਉਣ ਡੇ ਅਸੀਂ ਭਾਜੀ। ਇਹ ਕਿਹੜੀਆਂ ਗੱਲਾਂ ਕਰਦੇ? ਇੱਥੇ ਲੱਗਦੇ ਆ। ਅੱਛਾ, ਤੇ ਭਾਜੀ ਫਿਰ ਮੇਰਾ ਵੀ ਇੱਕ ਲਵਾਓ ਕਿਤੇ ਪਾਸਪੋਰਟ, ਮੇਰਾ ਵੀ ਹੈ ਫਰਿੱਜ 'ਚ ਲਾ ਦਈਏ। ਭਾਜੀ ਮੇਰੇ ਕਹਿਣ ਦਾ ਮਤਲਬ ਯਾਰ ਕਿ ਯਾਰ ਪਾਸਪੋਰਟ ਨਹੀਂ ਲੱਗਦਾ, ਵੀਜ਼ਾ ਲੱਗਦਾ ਪਾਸਪੋਰਟ ਦੇ ਉੱਤੇ। ਹਾਂਜੀ ਹਾਂਜੀ ਉਹੀ ਉਹੀ। ਪਾਸਪੋਰਟ ਤੇਰਾ ਕਿੱਥੇ ਲਾ ਦਈਏ ਯਾਰ, ਨੁਕਰੇ ਲਾ ਦਈਏ ਕਿਤੇ। ਮੇਰੇ ਕਹਿਣ ਦਾ ਮਤਲਬ ਕਿ ਬਾਹਰ ਘਲਾਉਂਦੇ ਹੋ ਨਾ ਤੁਸੀਂ, ਕਿੱਦਾਂ ਘਲਾਉਂਦੇ ਹੋ ਤੁਸੀਂ ਬਾਹਰ? ਬਾਹਰ ਇੱਦਾਂ ਕੋਹਣੀ ਤੋਂ ਫੜ ਕੇ ਚੱਲ। ਮਜ਼ਾਕ ਕਰ ਰਹੇ ਯਾਰ ਭਾਜੀ ਤੁਸੀਂ, ਮੈਂ ਤੁਹਾਡਾ ਐਡਾ ਨਾਂ ਸੁਣ ਕੇ ਆਇਆ ਯਾਰ। ਨਾਂ ਸੁਣਿਆ? ਆਹੋ ਯਾਰ। ਭਾਜੀ ਗੱਲ ਸੁਣੋ, ਕਿੱਦਾਂ ਤੁਸੀਂ ਵੀਜ਼ਾ ਲਾਉਂਦੇ, ਕਿੱਦਾਂ ਕੀ ਹਿਸਾਬ ਕਿਤਾਬ ਕੀ ਆ? ਹਿਸਾਬ ਕਿਤਾਬ ਇੱਦਾਂ ਵਾ ਭਾਜੀ, ਜਿਹੜਾ ਵੀਜ਼ਾ ਅਸੀਂ ਲਾਈਦਾ ਨਾ ਗੂੰਦਰਨ ਲਾਈਦਾ ਵਾ। ਪੱਕੇ ਵੀਜ਼ੇ ਲਾਈਦੇ ਆ ਭਾਜੀ, ਐਵੇਂ ਦੋ ਨੰਬਰ ਵਾਲਾ ਕੰਮ ਨਹੀਂ ਕਰੀਦਾ। ਉਹ ਨਹੀਂ ਭਾਜੀ ਮੈਂ ਸੁਣਿਆ ਨਾ ਵਾ ਕਈ ਵਾਰੀ ਅੱਜ ਕੱਲ੍ਹ ਉਹ ਡੌਂਕੀ ਡੁੰਕੀ ਜੀ ਲਵਾ ਦਿੰਦੇ ਆ, ਉਹ ਕਹਿੰਦੇ ਨੀ ਜਦੋਂ ਮੈਕਸੀਕੋ ਵਾਲੇ ਜੰਗਲਾਂ ਥਾਣੀ ਬੰਦਾ। ਨਹੀਂ ਭਾਜੀ ਨਹੀਂ, ਅਸੀਂ ਡੌਂਕੀ ਨਹੀਂ ਲਵਾਉਂਦੇ, ਹਾਂ ਅਸੀਂ ਲਵਾਉਂਦੇ ਆ ਮੌਂਕੀ। ਮੌਂਕੀ? ਮਤਲਬ? ਮਤਲਬ ਜਹਾਜ਼ ਨਾਲ ਲਮਕ ਕੇ ਜਾਣਾ ਹੁੰਦਾ ਵਾ। ਉਹ ਭਾਜੀ ਟੈਂਸ਼ਨ ਨਾ ਲਓ, ਅਸੀਂ ਭਾਵੇਂ ਇੱਕ ਨੰਬਰ 'ਚ ਕੰਮ ਕਰੀਦਾ ਵਾ, ਨਾ ਡੇਢ 'ਚ ਕਰੀਦਾ ਨਾ ਦੋ 'ਚ ਕਰੀਦਾ ਵਾ। ਨਹੀਂ ਭਾਜੀ ਡੇਢ ਦੋ ਵਾਲੀ ਗੱਲ ਨਹੀਂ ਆ, ਮੇਰੇ ਕਹਿਣ ਦਾ ਮਤਲਬ ਕਈ ਵਾਰੀ ਜਹਾਜ਼ ਜਿਹੜਾ ਨਾ ਉਹ ਰਸਤੇ 'ਚ ਕਦੀ ਕਿਤੇ ਖਲੋ ਗਿਆ, ਕਦੀ ਕਿਸੇ 'ਚ ਖਲੋ ਗਿਆ, ਇੱਦਾਂ ਦੇ ਨਹੀਂ? ਯਾਰ ਉੱਤੇ ਕਿਹੜਾ ਵੀ ਬੱਦਲਾਂ 'ਚ ਗਾਂ ਟੋਲ ਪਲਾਜੇ ਆਉਣੇ ਆ, ਨਹੀਂ ਰੁਕਦਾ ਪਾਸ ਸਿੱਧਾ ਹੀ ਜਾਊਗਾ ਜਹਾਜ਼। ਮਤਲਬ ਇੱਥੋਂ ਜਹਾਜ਼ ਸਿੱਧਾ ਕੈਨੇਡਾ ਜਾਊਗਾ? ਨਹੀਂ ਨਹੀਂ ਇੱਥੋਂ ਜਾਊਗਾ ਸਿੱਧਾ ਮੈਕਸੀਕੋ। ਠੀਕ ਆ, ਫਿਰ ਅੱਗੇ? ਅੱਗੇ ਉੱਥੋਂ ਬਗਲਾ ਕਰਾ ਕੇ ਜਾਣਾ ਪੈਣਾ ਭਰਾ, ਸਿੱਧਾ ਹੀ ਜਾਊਗਾ ਯਾਰ, ਤੂੰ ਟੈਨਸ਼ਨ ਬੜੀ ਲੈਂਦਾ ਯਾਰ, ਸਿੱਧਾ ਹੀ ਜਾਊਗਾ ਜਹਾਜ਼ 'ਚ, ਜਹਾਜ਼ 'ਚ ਤੈਨੂੰ ਕੋਈ ਦਿੱਕਤ ਨਹੀਂ ਹੋਊਗੀ। ਅਤੇ ਪਰ ਭਾਜੀ ਜਹਾਜ਼ ਦੇ 'ਚ ਮਤਲਬ ਬਹਿ ਕੇ ਜਾਣਾ, ਮਤਲਬ ਸੀਟ ਸੂਟ ਮਿਲ ਜੂਗੀ ਨਾ ਉੱਤੇ? ਯਾਰ ਬਹਿ ਕੇ ਜਾਣਾ ਉਹ ਕਿਹੜੀ ਵੀ ਬੱਸ ਬਾਜੀ 'ਚ ਖਲੋ ਕੇ ਜਾਣਾ ਵਾ। ਕਹਿਣ ਦਾ ਮਤਲਬ ਕਈ ਵਾਰੀ ਭੀੜ ਤਾਂ ਨਹੀਂ ਹੁੰਦੀ ਨਾ ਉਹ 'ਚ? ਉਹ ਯਾਰ ਨਹੀਂ ਹੁੰਦੀ ਜਹਾਜ਼ 'ਚ, ਭੀੜ ਥੋੜ੍ਹੀ ਹੁੰਦੀ ਹੈ ਭਾ। ਕਿਉਂ ਜਹਾਜ਼ 'ਚ ਕਿਉਂ ਨਹੀਂ ਭੀੜ ਹੁੰਦੀ ਭਾਜੀ? ਉਹ ਬੀਬੀਆਂ ਦਾ ਆਧਾਰ ਕਾਰਡ ਨਹੀਂ ਨਾ ਚੱਲਦਾ ਉਹ 'ਚ। ਅੱਛਾ ਅੱਛਾ ਅੱਛਾ, ਹਾਂਜੀ ਹਾਂਜੀ, ਤਾਂ ਨਹੀਂ ਹੁੰਦੀ ਭੀੜ। ਕੋਈ ਨਹੀਂ ਜਹਾਜ਼ ਤੇਰਾ ਸਿੱਧਾ ਪਹੁੰਚੂਗਾ, ਵੀ ਬਿਨਾਂ ਟੈਂਸ਼ਨ ਲੈਣੀ। ਤੇ ਤੂੰ ਕਿੱਦਾਂ ਪੜ੍ਹਿਆ ਲਿਖਿਆ ਵਾ ਭਾਜੀ? ਹਾਂ ਪੜ੍ਹਿਆ। ਤੇ ਲਿਖਿਆ ਨਹੀਂ ਆ? ਨਹੀਂ ਲਿਖਿਆ ਮੈਂ, ਉਹ ਜਿੰਨਾ ਅਗਲੇ ਨੇ ਲਿਖਿਆ ਸੀ ਨਾ ਉਹ ਤੋਂ ਨਕਲ ਮਾਰ ਕੇ ਉਹਨਾਂ ਕੀ ਲਿਖਿਆ ਮੈਂ। ਤੂੰ ਸਿੱਧਾ ਦੱਸ ਵੀ ਪੜ੍ਹਿਆ ਕਿੰਨੀ ਕਿੰਨੀ ਕਲਾਸ, ਕਿੰਨੀ ਤੱਕ ਪੜ੍ਹਿਆ ਤੂੰ? ਮੈਂ 8ਵੀਂ ਤੱਕ ਲਾ ਲਓ। ਲਾ ਲਓ ਭਾਜੀ, ਕੀ ਗੱਲ? ਨਹੀਂ ਮੈਂ ਨਹੀਂ ਜਾ ਸਕਦਾ ਬਾਹਰ, ਨਹੀਂ ਬਣੂ ਗੱਲ? ਨਹੀਂ ਗੱਲ ਤੇ ਬਣ ਜੂਗੀ, ਹਾਂ ਡਾਲਰ ਨਹੀਂ ਬਣਨੇ। ਮਤਲਬ ਕਿਉਂ? ਯਾਰ 8 ਤੋਂ ਪੜਿਆ ਵਾ, ਫਿਰ ਤੂੰ ਕੀ ਕੰਮ ਕਰੇਗਾ ਉੱਥੇ? ਕੰਮ ਨਹੀਂ ਮਿਲੂ ਮੈਨੂੰ? ਨਹੀਂ ਕੰਮ ਮਿਲ ਜੂਗਾ, ਦੱਸੋ ਕੰਮ ਮੇ ਕੋ ਹੈ ਇੱਕ? ਹਾਂ ਕੀ ਕੰਮ ਆ ਭਾਜੀ? ਉੱਥੇ ਨਾ ਬਰਫ਼ ਬੜੀ ਪੈਂਦੀ ਕੈਨੇਡਾ 'ਚ। ਹਾਂ ਪਤਾ ਮੈਨੂੰ ਭਾਜੀ, ਬਰਫ਼ ਪੈਂਦੀ ਆ। ਉਹ ਬਰਫ਼ ਦੀਆਂ ਨਾ ਬਸ ਪਾਥੀਆਂ ਪੱਥਣੀਆਂ ਵਾ ਕੋਈ। ਬਰਫ਼ ਦੀਆਂ ਪਾਥੀਆਂ ਉਹ ਕਿਹੜੇ ਕੰਮ ਆਉਣੀਆਂ ਯਾਰ? ਗੁਰੂਆ ਕੰਮ ਆਉਂਦੀਆਂ ਵਾ। ਕਿੱਦਾਂ? ਪਾਥੀਆਂ ਹੁੰਦੀਆਂ ਏਡੀ ਏਡੀਆਂ ਉੱਥੇ, ਹਾਂ ਉਹ ਗੋਰੇ ਫਿਰ ਜਦੋਂ ਰਾਤ ਨੂੰ ਪੈਗ ਲਾਉਂਦੇ ਆ ਉਹ ਫਿਰ ਕੰਮ ਚਲਾਉਂਦੇ ਆ।
ਓ ਯਾਰ ਨਹੀਂ ਭਾਜੀ ਠੰਡ ਵਾਲਾ ਕੰਮ ਨਹੀਂ ਮੇਰੇ ਤੋਂ ਹੋਣਾ, ਮੈਨੂੰ ਤੁਸੀਂ ਕੋਈ ਇਹੋ ਜਿਹਾ ਟਰਾਲਾ ਟਰਾਲਾ ਨਹੀਂ ਚਲਾਉਂਦੇ ਬੰਦੇ, ਟਰਾਲਾ ਵਿੱਚ ਚਲਾਉਂਦੇ ਬਾਹਰ ਜਾ ਕੇ? ਲਾਇਸੈਂਸ ਹੈਗਾ ਤੇ ਕੋ ਨਹੀਂ? ਹਾਲੇ ਤੇ ਨਹੀਂ ਹੈਗਾ ਲਾਇਸੈਂਸ ਮੇਰੇ ਤੋਂ। ਤੇ ਟਰਾਲਾ ਤੂੰ ਮਾਮਾ ਵੀਡੀਓ ਗੇਮ 'ਚ ਚਲਾਉਣਾ ਉੱਥੇ, ਲਾਇਸੈਂਸ ਚਾਹੀਦਾ ਹੁੰਦਾ ਭਾ ਉਹਦੇ ਲਈ। ਕੋਈ ਨਿੱਕੀ ਟਰਾਲੀ ਟਰੂਲੀ? ਟਰਾਲੀ ਤੈਨੂੰ ਦਵਾ ਦਾਂਗੇ ਇੱਕ, ਇੱਕ ਪਹੀਏ ਵਾਲੀ ਹੁੰਦੀ ਆ ਰੇੜ ਕੇ ਖੜੀ ਦੀ। ਕੰਮ ਯਾਰ ਆਪ ਲੱਭਣਾ ਹੁੰਦਾ, ਮੇਰਾ ਕੰਮ ਆ ਤੁਹਾਨੂੰ ਉੱਥੇ ਰੀਜ਼ ਕਰਾਉਣਾ। ਨਹੀਂ ਭਾਜੀ ਫਿਰ ਵੀ ਤੁਸੀਂ ਇਥੋਂ ਘੱਲੋਗੇ ਤੇ ਯਾਰ ਕੋਈ ਤੇ ਕੰਮ ਦਵਾਓ ਯਾਰ ਭਾਜੀ, ਇਦਾਂ ਨਹੀਂ ਕਰਨਾ। ਮੈਂ ਠੇਕੇਦਾਰ ਵਾਂ ਕੋਈ ਜੈਂਟ ਵਾਂ ਯਾਰ, ਤੂੰ ਮੇਰੇ ਨਾਲ ਤੂੰ ਉਹ ਗੱਲ ਕਰਨੇ ਆ, ਤੂੰ ਆ ਚੈੱਕ ਕਰ, ਤੂੰ ਆਵੇ ਆਵੇ ਆ ਸਾਰੇ ਵੀਜ਼ੇ ਲਵਾਏ ਅਸੀਂ, ਆ ਤੇ ਲਿਸਟ ਬੜੀ ਲੰਮੀ ਭਾਜੀ, ਬੜਾ ਤਜਰਬਾ ਤੁਹਾਡਾ ਭਾਜੀ, ਤੁਸੀਂ ਤਾਂ ਮੈਨੂੰ ਲੱਗਦਾ ਬਿਨਾਂ ਪਾਸਪੋਰਟ ਤੋਂ ਬੰਦੇ ਬਾਹਰ ਘਲਾਉਂਦੇ ਹੋਣੇ ਹੋ। ਘਲਾ ਦਿੰਦੇ ਆ। ਮੈਨੂੰ ਬਾਹਰ ਕਿੱਦਾਂ ਘਲਾ ਦੋਗੇ ਯਾਰ, ਮੈਂ ਬਾਹਰ ਕਿੱਦਾਂ ਕੈਨੇਡਾ ਕਿੱਦਾਂ ਜਾ ਸਕਦਾ ਮੈਂ? ਉਹ ਯਾਰ ਟੂਰਿਸਟ ਵੀਜ਼ਾ ਲਵਾਵਾਂਗੇ, ਕੈਨੇਡਾ ਵਾਲੇ ਚਾਹੁੰਦੇ ਆ ਵੀ ਸਾਡੇ ਕੋਲ ਲੋਕੀ ਘੁੰਮਣ ਆਉਣ। ਹਾਂ ਠੀਕ ਹੈ, ਟੂਰਿਸਟ ਵੀਜ਼ਾ ਆਹੋ, ਉੱਥੇ ਜਾ ਕੇ ਕੋਈ ਮਾਮਿਆਂ ਕੋ, ਕੋਈ ਤਾਇਆ ਕੋ, ਕੋਈ ਚਾਚਿਆਂ ਕੋ, ਕੋਈ ਫੁੱਫੜ ਕੋ, ਇਸ ਗੱਲ ਦੀ ਕੋਈ ਫੜ ਨਹੀਂ ਹੈਗੀ ਉੱਥੇ? ਨਹੀਂ ਨਹੀਂ ਬਾਅਦ 'ਚ ਵਰਕ ਪਰਮਿਟ 'ਚ ਹੋ ਜਾਂਦਾ ਨਾ, ਕਨਵਰਟ ਹੋ ਜਾਂਦਾ ਵਾ। ਤੇਰਾ ਕੋਈ ਹੈ ਰਿਸ਼ਤੇਦਾਰ ਉੱਥੇ? ਭਾਅ ਜੀ ਉੱਥੇ ਤਾਂ ਮੇਰਾ ਕੋਈ ਹੈ ਨਹੀਂ ਆ। ਲੈ ਤੇ ਤੈਨੂੰ ਮੈਂ ਕਿਤੇ ਮੈਂ ਟਰੂਡੋ ਕੋ ਨਾ ਛੱਡਾਂ ਵਾ ਤੈਨੂੰ ਮੈਂ ਸਿੱਧਾ। ਨਹੀਂ ਭਾਅ ਜੀ ਦੂਰ ਦਾ ਸਾਡਾ ਉੱਥੇ ਵੈਸੇ ਹੋਣਾ ਚਾਹੀਦਾ ਵਾ, ਹੋਣਾ ਚਾਹੀਦਾ ਵਾ, ਵਾਕਬ ਹੋਣਾ ਚਾਹੀਦਾ ਵਾ। ਇੱਕ ਗੱਲ ਮੈਂ ਤੁਹਾਡੀ ਜਿਹੜੀ ਹੋਰ ਦੇਖੀ ਨਾ, ਇਹ ਕਹਿੰਦੇ ਕਿ ਤੁਸੀਂ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ 'ਚ ਲੈਂਦੇ ਹੋ, ਹੈ ਤੂੰ ਪਹਿਲੋਂ ਦੇ ਦੇ ਯਾਰ। ਪਰ ਤੁਸੀਂ ਤਾਂ ਬਾਅਦ 'ਚ ਕਿਹਾ ਯਾਰ, ਪਹਿਲੇ ਪੈਸੇ ਮੰਗਣ ਲੱਗ ਪਏ, ਤੁਸੀਂ ਤਾਂ ਤੁਹਾਡੇ ਕੋਲ ਬੰਦਾ ਆਇਆ ਹੀ ਆ ਤੇ। ਨਹੀਂ ਤੂੰ ਲਾਉਣਾ ਵਾ ਵੀਜ਼ਾ? ਹਾਂ ਭਾਅ ਜੀ ਲਵਾ ਦਿਓ ਯਾਰ, ਲਾ ਦੇ ਤੇਰੀ ਫਾਈਲ। ਹਾਂਜੀ ਹਾਂਜੀ ਲਵਾਓ ਜੀ, ਲਾ ਦਿੰਦੇ। ਮੈਂ ਵੀ ਭਾਅ ਜੀ ਨੂੰ ਡੀਕਣ ਡਿਆ, ਮੈਂ ਵੀ ਲਵਾਉਣੀ ਆ। ਲਵਾਉਣੀ ਕੌਣ ਭਾਅ ਜੀ? ਭਾਅ ਜੀ ਗੇਟਵੇ ਵਾਲੇ। ਭਾਅ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਪ੍ਰਮੋਸ਼ਨ ਘੈਂਟ ਕੀਤੀ ਬਾਈ, ਜਿਹੜਾ ਪ੍ਰਮੋਸ਼ਨ ਘੈਂਟ ਕੀਤੀ, ਬਾਕੀ ਵੀਡੀਓ ਘੈਂਟ ਸੀ ਯਾਰ। ਬਾਕੀ ਤੁਸੀਂ ਦੱਸੋ ਤੁਹਾਨੂੰ ਵੀਡੀਓ ਕਿੱਦਾਂ ਲੱਗੀ? ਵਧੀਆ ਲੱਗੀ ਤਾਂ ਵੀਡੀਓ ਲਾਈਕ ਕਮੈਂਟ, ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ। ਅਤੇ ਬਾਕੀ ਜੇ ਹੋਰ ਵੀ ਕੋਈ ਫਨੀ ਵੀਡੀਓ ਤੁਹਾਨੂੰ ਵਧੀਆ ਲੱਗਦੀ, ਤੁਸੀਂ ਚਾਹੁੰਦੇ ਆਪਾਂ ਉੱਤੇ ਰਿਐਕਸ਼ਨ ਕਰੀਏ, ਉਹਦਾ ਕਮੈਂਟ 'ਚ ਜਾਂ ਮੇਰੇ ਇੰਸਟਾਗ੍ਰਾਮ 'ਤੇ ਜਾ ਕੇ ਉਹਦਾ ਲਿੰਕ ਸ਼ੇਅਰ ਕਰ ਦਿਓ DM ਦੇ ਵਿੱਚ। ਆਪਾਂ ਮਿਲਦੇ ਹਾਂ ਜਲਦੀ ਨੈਕਸਟ ਵੀਡੀਓ 'ਚ। ਸਤਿ ਸ਼੍ਰੀ ਅਕਾਲ।